ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਪੰਜਾਬ 'ਚ ਲੈ ਕੇ ਆ ਸਕਦੇ ਹਾਂ? ਦੇਖੋ, ਮੈਂ ਹਜੇ ਮਹਿਕਮਿਆਂ ਦੀ ਤਾਂ ਸਾਰੀ ਮੈਂ ਤਿਆਰੀ ਕਰ ਰਿਹਾ, ਸਮੀਖਿਆ ਕਰ ਰਿਹਾ ਵੀ ਕਿਹੜੇ ਪ੍ਰੋਜੈਕਟ ਪੰਜਾਬ 'ਚ ਚੱਲੇ, ਕਿਹੜੇ ਹੋਣ ਵਾਲੇ ਆ, ਕਿਹੜੇ ਰੁਕੇ ਹੋਏ ਆ, ਉਹ ਸਾਰਾ ਮੈਂ ਤੁਹਾਡੇ ਨਾਲ ਲੱਗ ਇਸ 'ਤੇ ਪ੍ਰੈਸ ਕਾਨਫਰੰਸ ਕਰੂੰਗਾ। ਕਿਸਾਨੀ ਅੰਦੋਲਨ ਵਾਲੇ ਟਾਈਮ ਤੁਹਾਨੂੰ ਦੇਖਿਆ ਗਿਆ, ਹੁਣ ਸ਼ੰਭੂ ਬਾਰਡਰ 'ਤੇ ਵੀ ਵੱਡੇ ਪੱਧਰ 'ਤੇ ਕਿਸਾਨ ਬੈਠੇ ਹੋਏ ਆ, ਔਰ ਦੱਸਿਆ ਜਾ ਰਿਹਾ ਕਿਸਾਨੀ ਅੰਦੋਲਨ 2.0 ਦਾ ਨਾਮ ਦਿੱਤਾ ਗਿਆ, ਇਸ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ? ਦੇਖੋ, ਇਹ ਸਾਡੇ ਲਈ ਬੜੀ ਇੱਕ ਮਤਲਬ ਅਹਿਮ ਇੰਪੋਰਟੈਂਟ ਗੱਲ ਆ, ਅਤੇ ਇਹਨੂੰ ਅਸੀਂ 100% ਪ੍ਰਾਈਮ ਮਿਨਿਸਟਰ ਸਾਹਿਬ ਦੀ ਵੀ ਪ੍ਰਾਇਓਰਟੀ 'ਤੇ ਆ, ਸਰਕਾਰ ਦੀ ਪ੍ਰਾਇਓਰਟੀ 'ਤੇ, ਸ਼ਿਵਰਾਜ ਚੌਹਾਨ ਜੀ ਜਿਹੜੇ 4 ਵਾਰ ਦੇ ਕੈਬਨਿਟ ਮੰਤਰੀ ਆ, ਉਹਨਾਂ ਨੂੰ ਬਣਾਇਆ, ਉਹਨਾਂ ਨੂੰ ਲੈ ਕੇ ਆਏ ਆ ਉਹ, ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਵਿਦਇਨ 6 ਮੰਥਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਹੱਲ ਹੋਣਗੀਆਂ। ਅਤੇ ਵਿਸ਼ਵਾਸ ਨਾਲ ਮੈਂ ਕਹਿਣਾ, ਜ਼ਿੰਮੇਵਾਰੀ ਨਾਲ ਕਹਿਣਾ, ਇਕੱਲਾ ਐਜੀਟੇਸ਼ਨ ਨਹੀਂ, ਪੰਜਾਬ ਦੀਆਂ ਸੜਕਾਂ 'ਤੇ ਕਦੇ ਵੀ ਕਿਸਾਨ ਯਾਰ ਐਂ ਬੈਠਾ ਹੋਵੇ, ਇੱਕਦੋ ਬੜਾ ਦਰਦ ਕੀ ਹੋ ਸਕਦਾ ਹੈ? ਅਤੇ ਮੈਂ ਉਹ ਦਰਦ ਜਿਵੇਂ ਤੁਸੀਂ ਕਿਹਾ ਮੈਂ ਦੇਖਿਆ 1.5 ਸਾਲ, ਅਤੇ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਉਹ ਦਰਦ ਆ ਜਿਹੜਾ ਉਹ ਹਰ ਮਹਿਸੂਸ ਕਰਦਾ। ਅਤੇ ਜੇ ਪੋਲੀਟੀਕਲ ਵੀ ਦੇਖੀਏ, ਕੋਈ ਕਿਸੇ ਲਈ ਚੰਗਾ ਥੋੜ੍ਹੀ ਹੁੰਦਾ ਹੈ, ਜਿਹਦੀ ਸਰਕਾਰ ਹੋਵੇ ਪਾਰਟੀ ਦੀ ਉਹਨੂੰ ਚੰਗਾ ਲੱਗਦਾ ਵੀ ਉਹਦੇ ਨਾਲ ਕਿਸੇ ਨਾਲ ਟਕਰਾਅ ਰਹੇ, ਅਤੇ ਇਹ ਗੱਲ ਖਤਮ ਕਰਨਾ ਪ੍ਰਾਇਓਰਟੀ 'ਤੇ ਆ, ਅਤੇ ਇਹ ਖਤਮ ਹੋਊ। ਬੰਦੀ ਸਿੰਘਾਂ ਨੂੰ ਲੈ ਕੇ ਇੱਕ ਬਿਆਨ ਤੁਹਾਡਾ ਕਾਫੀ ਚਰਚਾ ਦੇ ਵਿੱਚ ਹੈ। ਮੇਰਾ ਸਵਾਲ ਵੀ ਇਹਦੇ 'ਚ ਹੀ ਐਡ ਹੈ ਜੀ ਕਿ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦੇ ਨੇ ਕਿ ਬਿੱਟੂ, ਰਵਨੀਤ ਬਿੱਟੂ ਨੇ ਜਿਹੜੇ ਉਹ ਇਹਨਾਂ ਦੀ ਇੱਕ ਜਿਹੜੀ ਇਮੇਜ ਹੈ ਉਹ ਐਂਟੀ ਸਿੱਖ ਇਮੇਜ ਹੈ, ਇਹ ਵੀ ਤੁਹਾਡੇ ਬਾਰੇ ਸਵਾਲ ਕਾਫੀ ਉਹਨਾਂ ਨੇ ਜਿਹੜਾ ਕੀਤਾ। ਚਲੋ, ਮੈਂ ਬਾਜਵੇ ਦਾ ਤਾਂ ਜਵਾਬ ਕੋਈ ਦਿੰਦਾ ਨਹੀਂ, ਪਰ ਤੁਸੀਂ ਸਵਾਲ ਪੁੱਛੋ ਕੀ ਕਰਨਾ ਜੀ ਬੰਦੀ ਸਿੰਘ ਵਾਲੇ। ਬਿੱਟੂ ਜੀ, ਵੜਿੰਗ ਸਾਹਿਬ ਕਹਿੰਦੇ ਨੇ ਕਿ ਬਿੱਟੂ ਹੋਰ ਕਹਿੰਦੇ ਨੇ ਕਿ ਪਾਰਟੀ ਅਸੀਂ ਤਾਂ ਛੱਡੀ ਕਿਉਂਕਿ ਰਾਹੁਲ ਗਾਂਧੀ ਕਹਿੰਦੇ ਸੀ ਕਿ ਤੁਸੀਂ ਬੰਦੀ ਸਿੰਘਾਂ ਦੇ ਮਾਮਲੇ 'ਚ ਬਿਆਨਬਾਜ਼ੀ ਕਰੋ, ਆਪਣੇ ਬਿਆਨਾਂ ਨੂੰ ਬਦਲੋ। ਕਹਿੰਦੇ ਜੇ ਉੱਥੇ ਨਾਰਾਜ਼ਗੀ ਸੀ ਤਾਂ ਹੁਣ ਬਿੱਟੂ ਹੋਰਾਂ ਦਾ ਬਿਆਨ ਕਿਵੇਂ ਬਦਲ ਗਿਆ ਕਿ ਅਸੀਂ ਹੁਣ ਵਿਰੋਧ ਨਹੀਂ ਕਰਾਂਗੇ, ਅਸੀਂ ਰਿਪ੍ਰੈਜ਼ੈਂਟ ਕਰਾਂਗੇ? ਇਹ ਤਾਂ ਮੇਰੀ ਮਰਜ਼ੀ ਆ, ਇਹ ਤਾਂ ਮੇਰੀ ਮਰਜ਼ੀ ਆ। ਉਹਨਾਂ ਦੇ ਬਿਆਨ 'ਤੇ ਸਾਨੂੰ ਹਲੇ ਵੀ ਸ਼ੱਕ ਹੈ, ਜਿਹੜਾ ਕਿਤੇ ਨਾ ਕਿਤੇ ਜਿਹਨੇ ਆਪ ਦੇ ਆਪਣੇ ਆਪ 'ਤੇ ਭਰੋਸਾ ਨਹੀਂ ਹੁੰਦਾ, ਜਿਹਨੂੰ ਆਪਣੇ ਆਪ ਦੇ ਬਿਆਨ 'ਤੇ ਭਰੋਸਾ ਨਹੀਂ ਹੁੰਦਾ, ਉਹਨੂੰ ਦੂਜੇ ਵੀ ਐਂ ਲੱਗਦੇ ਆ। ਤੁਸੀਂ ਕੀ ਸੋਚ ਕੇ ਲਿਆ ਮਤਲਬ ਇਹ ਬਿਆਨ? ਮੈਂ ਤਾਂ ਇਹ ਕਿਹਾ ਵੀ ਜਦੋਂ ਇਸ ਵੇਲੇ ਮੈਂ ਸਰਕਾਰ 'ਚ ਹਾਂ, ਅਤੇ ਸਰਕਾਰ ਦੇ ਵਿੱਚ ਮੇਰੇ ਕਾਰਨ ਜਾਂ ਪਾਰਟੀ ਨੂੰ ਮੇਰੇ ਕਾਰਨ ਕਿਸੇ ਵੀ ਇੱਕ ਜੇ ਆਖਰੀ ਲਾਈਨ 'ਚ ਵੀ ਕੋਈ ਬੰਦਾ ਖੜਾ, ਉਹਨੂੰ ਮੇਰੇ ਕਾਰਨ ਕੋਈ ਤਕਲੀਫ ਨਾ ਹੋਵੇ। ਮੇਰੇ ਲਈ ਉਹ ਜ਼ਰੂਰੀ ਆ, ਮਨਿੱਜੀ ਸਾਡਾ ਤਾਂ ਜੋ ਹੋਣਾ ਸੀ ਉਹ ਹੋ ਗਿਆ, ਠੀਕ ਆ ਨਾ ਜੀ। ਇਸ ਵੇਲੇ ਜਿਸ ਪਾਰਟੀ 'ਚ ਮੈਂ, ਜਿਸ ਸਰਕਾਰ 'ਚ ਮੈਂ, ਉਹਨਾਂ ਨੂੰ ਕਿਸੇ ਨੂੰ ਮੇਰੇ ਕਾਰਨ ਕੋਈ ਵੀ ਦਿੱਕਤ ਨਾ ਆਏ, ਮੇਰੇ ਸਭ ਰਾਹ ਖੁੱਲ੍ਹੇ ਆ, ਅਤੇ ਮੈਂ ਉਹਨਾਂ ਨੂੰ ਰਾਸ਼ਟਰਪਤੀ ਜੀ ਕੀ ਫੈਸਲਾ ਕਰਦੇ ਆ, ਸੁਪਰੀਮ ਕੋਰਟ ਕੀ ਫੈਸਲਾ ਕਰਦਾ, ਸਰਕਾਰ ਕੀ ਫੈਸਲਾ ਕਰਦੀ ਆ, ਮੇਰੇ ਵੱਲੋਂ ਮੈਂ ਹਮੇਸ਼ਾ ਅਸੀਂ ਪਰਿਵਾਰ ਸਾਰਾ ਉਹਨਾਂ ਦੇ ਹੱਕ 'ਚ ਹਾਂ ਵੀ ਉਹਨਾਂ ਦਾ ਫੈਸਲਾ ਕਰੋ, ਜੋ ਵੀ ਕਰੋਗੇ ਅਸੀਂ ਤੁਹਾਡੇ ਨਾਲ। ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਿਹਾ, ਹੁਣ ਅੰਮ੍ਰਿਤਪਾਲ ਸਿੰਘ ਦੇ ਮਾਂ ਪਿਓ ਨਾਲ ਮੁਲਾਕਾਤ ਕਰੋਗੇ? ਹਾਂ ਬਿਲਕੁਲ ਬਿਲਕੁਲ, ਉਹਨਾਂ ਨੇ ਇਹ ਕਿਹਾ ਹੈ ਅਤੇ ਮੈਂ ਜ਼ਰੂਰ, ਜੇ ਉਹਨਾਂ ਦੀ ਗੱਲ ਮੇਰੇ ਨਾਲ ਹੁੰਦੀ ਹੈ ਤਾਂ ਮੈਂ ਉਹ ਕਰੂੰਗਾ, ਅਤੇ ਜੇ ਉਹ ਮੇਰੇ, ਮੈਂ ਜੇ ਮੈਨੂੰ ਕੋਈ ਸੁਨੇਹਾ ਭੇਜਣਗੇ ਤਾਂ ਮੈਂ ਵੀ ਉਹਨਾਂ ਨਾਲ ਗੱਲ ਆਪ ਕਰੂੰ। ਪੰਜਾਬ ਦੇ ਲੋਕਾਂ ਦਾ ਜਿਹੜਾ ਮੈਂਡੇਟ ਸੀਗਾ ਫਰੀਦਕੋਟ ਤੇ ਅਖਦੂਰ ਸਾਹਿਬ ਦੇ ਵਿੱਚ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਠੀਕ ਆ, ਲੋਕਾਂ ਦਾ ਮੈਂਡੇਟ ਤਾਂ ਹਮੇਸ਼ਾ ਸਹੀ ਹੁੰਦਾ,